ਸ਼ੁਰੂ ਮਾਮਲੇ ਵਿੱਚ ਪੰਜਾਬੀ ਏਕਤਾ ਪਾਰਟੀ ਵੱਲੋਂ ਐਮਐਲਏ ਅਤੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਲੁਧਿਆਣਾ ਸਥਿਤ ਕੋਚਰ ਮਾਰਕੀਟ ਚੌਂਕ 'ਚ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਨੇਤਾਵਾਂ ਨੇ ਡੀਐਸਪੀ ਨੂੰ ਕਥਿਤ ਰੂਪ 'ਤੇ ਧਮਕੀ ਦੇਣ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਨੂੰ ਬਰਖਾਸਤ ਕੀਤੇ ਜਾਣ ਅਤੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਖਹਿਰਾ ਨੇ ਕਿਹਾ ਕਿ ਆਸ਼ੂ ਨੇ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਜਾਂਚ ਕਰਨ ਵਾਲੇ ਡੀਐਸਪੀ ਨੂੰ ਕਥਿਤ ਤੌਰ ਤੇ ਧਮਕੀ ਦੇ ਕੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਸਰਕਾਰ ਨੂੰ ਮੰਤਰੀ ਦੇ ਵਿਰੁੱਧ ਨਾ ਸਿਰਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਬਲਕਿ ਉਸ ਨੂੰ ਬਰਖਾਸਤ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ। ਮੇਨ ਇਸ਼ੂ ਅੱਜ ਦਾ ਸੀਗਾ ਸਾਡਾ ਉਹ ਇਹ ਸੀਗਾ ਕਿ ਜਿਹੜਾ ਭਾਰਤ ਭੂਸ਼ਣ ਆਸ਼ੂ ਮਿਨਿਸਟਰ ਨੇ ਲੁਧਿਆਣੇ ਤੋਂ ਉਹਨਾਂ ਨੇ ਜੋ ਬਦਕਲਾਮੀ ਕੀਤੀ ਜੋ ਉਹਨਾਂ ਨੇ ਦੁਰਵਿਵਹਾਰ ਕੀਤਾ ਆਫਸਰਸ ਨਾਲ ਕਲਾਸ 1 ਆਫਸਰਸ ਚਾਹੇ ਉਹ ਡੀਐਸਪੀ ਪੰਜਾਬ ਪੁਲਿਸ ਦੇ ਚਾਹੇ ਉਹ ਐਸਸੀ ਨੇ ਲੋਕਲ ਬਾਡੀਜ਼ ਦੇ ਔਰ ਉਹਨਾਂ ਨੂੰ ਆਡੀਓ ਦੇ ਉੱਤੇ ਡਰਾਇਆ ਅਤੇ ਧਮਕਾਇਆ ਔਰ ਇੱਥੋਂ ਤੱਕ ਗਏ ਕਿ ਹਾਈ ਕੋਰਟ ਦੇ ਆਰਡਰਸ ਦੀ ਉਲੰਘਣਾ ਕਰਨ ਦੀ ਹਦਾਇਤ ਦੇ ਰਿਹਾ ਇੱਕ ਮਿਨਿਸਟਰ ਜਿਹੜਾ ਮਿਨਿਸਟਰ ਖੁਦ ਸੰਵਿਧਾਨ ਦੀ ਸਹੁੰ ਚੁੱਕਦਾ ਸੰਵਿਧਾਨ ਦਾ ਕੋਨਸਟੀਟਿਊਸ਼ਨ ਦਾ ਕਸਟੋਡੀਅਨ ਅਤੇ ਰਖਵਾਲਾ ਬਣਦਾ ਅਗਰ ਉਹੀ ਆਫਸਰਸ ਨੂੰ ਧਮਕਾਵੇਗਾ ਡਰਾਵੇਗਾ ਔਰ ਕਰਪਸ਼ਨ ਵਿੱਚ ਇੰਡਲਜ ਕਰੇਗਾ ਕਿਉਂਕਿ ਜਿਹੜਾ ਆਰ ਕੇ ਹੋਮਸ ਦਾ ਪ੍ਰੋਜੈਕਟ ਸੀਗਾ ਸਾਰੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਗੂੰਜੀ ਕਿ ਉਹਨਾਂ ਦੇ ਜਿਹੜੇ ਮਾਲਕ ਸੀਗੇ ਉਹਨਾਂ ਨੂੰ ਚੇਂਜ ਆਫ ਲੈਂਡ ਯੂਜ਼ ਦਿਵਾਉਣ ਵਿੱਚ ਮਿਸਟਰ ਭਾਰਤ ਭੂਸ਼ਣ ਆਸ਼ੂ ਦਾ ਵੱਡਾ ਰੋਲ ਹੈ ਔਰ ਉਸ ਕੰਪਨੀ ਦੇ ਕੋਲ ਜਿਹੜਾ ਚੇਂਜ ਆਫ ਲੈਂਡ ਯੂਜ਼ ਹੈ ਉਹਦੇ ਖਸਰਾ ਨੰਬਰ ਕੁਛ ਹੋਰ ਨੇ ਰਜਿਸਟਰੀ ਕੁਛ ਹੋਰ ਆ ਸੀ ਐੱਲ ਯੂ ਕਿਤੇ ਹੋਰ ਦਵਾਇਆ ਜਾ ਰਿਹਾ ਔਰ ਇਸ ਗੱਲ ਦਾ ਖੁਲਾਸਾ ਜਿਹੜੇ ਵਿਸਲ ਬਲੋਰ ਸੀ ਆਰ ਟੀ ਆਈ ਐਕਟਿਵਿਸਟ ਕੁਲਦੀਪ ਸਿੰਘ ਖਹਿਰਾ ਉਹਨਾਂ ਨੇ ਲਗਭਗ 8-9 ਮਹੀਨੇ ਤੋਂ ਇਸ ਮਸਲੇ ਨੂੰ ਉਠਾਇਆ ਸੀਗਾ ਔਰ ਪੰਜਾਬ ਸਰਕਾਰ ਨੇ ਕਾਂਗਰਸ ਗਵਰਨਮੈਂਟ ਨੇ ਕਰਪਸ਼ਨ ਨੂੰ ਬੰਦ ਤਾਂ ਕੀ ਕਰਨਾ ਸੀ ਉਲਟਾ ਵਿਸਲ ਬਲੋਰ ਕੁਲਦੀਪ ਸਿੰਘ ਖਹਿਰਾ ਦੇ ਉੱਤੇ ਇੱਕ ਕ੍ਰਿਮੀਨਲ ਕੇਸ ਦਰਜ ਕਰਕੇ ਧੋਖਾਧੜੀ ਚੋਰੀ ਵਗੈਰਾ ਦਾ ਕਰਕੇ ਉਹਦੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਸੋ ਇਹ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਇੱਕ ਧਰਨਾ ਸੀਗਾ ਕਿ ਅਸੀਂ ਆਸ਼ੂ ਦਾ ਅਸਤੀਫਾ ਡਿਮਾਂਡ ਕਰਦੇ ਹਾਂ ਕਿ ਕੋਈ ਵੀ ਮਿਨਿਸਟਰ ਜਿਹੜਾ ਆਪਣੇ ਹੀ ਆਫਸਰਸ ਨੂੰ ਗਾਲੀ ਗਲੋਚ ਜਾਂ ਧਮਕੀਆਂ ਦੇ ਰਿਹਾ ਜਾਂ ਡਰਾ ਰਿਹਾ ਜਾਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਨੂੰ ਕਹਿ ਰਿਹਾ ਹੀ ਸ਼ੁੱਡ ਨਾਟ ਬੀ ਅਲਾਊਡ ਟੂ ਕੰਟੀਨਿਊ ਐਜ਼ ਅ ਮਿਨਿਸਟਰ ਇਨ ਦਾ ਕੈਬਨਿਟ ਔਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਜਾਂਚ ਕਰਵਾਵਾਂਗੇ ਜਾਂਚ ਜ਼ਰੂਰ ਕਰਾਉਣ ਪਰ ਜਾਂਚ ਦੇ ਦੌਰਾਨ ਮਿਨਿਸਟਰ ਦਾ ਅਸਤੀਫਾ ਜਾਂ ਉਸਦੀ ਡਿਸਮਿਸਲ ਬਣਦੀ ਕਿਉਂਕਿ ਜੇ ਮਿਨਿਸਟਰ ਆਪਣੀ ਪੋਜੀਸ਼ਨ 'ਚ ਬੈਠਦਾ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਉਹ ਤਾਕਤ ਐਕਸਰਸਾਈਜ਼ ਕਰਦੇ ਨੇ। ਪੁਲਵਾਮਾ ਵਿਖੇ ਸੀਆਰਪੀਐਫ ਦੇ ਜਵਾਨਾਂ ਤੇ ਆਤੰਕੀ ਹਮਲੇ ਤੋਂ ਬਾਅਦ ਪਾਕਿਸਤਾਨ ਤੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸਿਆਸਤ ਕਰਨ ਸੰਬੰਧੀ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਆਰੋਪਾਂ ਦੇ ਸੰਦਰਭ 'ਚ ਖਹਿਰਾ ਨੇ ਕਿਹਾ ਕਿ ਪਾਕਿਸਤਾਨ ਦੇ ਵਿਰੁੱਧ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸਾਰੀ ਪਾਰਟੀਆਂ ਸਰਕਾਰ ਦੇ ਨਾਲ ਹਨ ਪਰ ਭਾਰਤੀ ਜਨਤਾ ਪਾਰਟੀ ਵੱਲੋਂ ਮਾਮਲੇ ਵਿੱਚ ਕੀਤੀ ਗਈ ਪੋਸਟਰ ਵਾਰ ਦੇ ਜ਼ਰੀਏ ਇਹ ਦਰਸਾਇਆ ਜਾ ਰਿਹਾ ਹੈ ਜਿਵੇਂ ਇਹ ਸੁਰੱਖਿਆ ਬਲਾਂ ਦਾ ਨਹੀਂ ਬਲਕਿ ਉਹਨਾਂ ਦੀ ਹਿੰਮਤ ਹੈ। ਮਾਮਲੇ ਵਿੱਚ ਭਾਜਪਾ ਵੱਲੋਂ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਜੰਗ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਇਸ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਦੇਖੋ ਗੱਲ ਇਹ ਹੈਗੀ ਆ ਕਿ ਜਿਹੜੇ ਸਾਡੇ ਸੀਆਰਪੀਐਫ ਦੇ 44 ਜਵਾਨ ਮਾਰੇ ਗਏ ਉਹ ਬਹੁਤ ਮੰਦਭਾਗੀ ਘਟਨਾ ਸੀਗੀ ਬਹੁਤ ਅਫਸੋਸਨਾਕ ਦੁੱਖਦਾਈ ਔਰ ਉਸ ਤੋਂ ਬਾਅਦ ਆਪਣੀ ਭਾਰਤ ਦੀ ਸਰਕਾਰ ਨੇ ਸਰਜੀਕਲ ਸਟ੍ਰਾਈਕ ਕੀਤੀਆਂ ਔਰ ਸਰਜੀਕਲ ਸਟ੍ਰਾਈਕ ਦੇ ਵਿੱਚ ਜਿਹੜੀ ਕਾਮਯਾਬੀ ਹੈ ਉਹ ਜੋ ਇਹਨਾਂ ਨੇ ਮੀਡੀਆ ਨੂੰ ਦੱਸਿਆ ਅਸੀਂ ਉਹਦੇ 'ਤੇ ਭਰੋਸਾ ਕਰਦੇ ਹਾਂ ਪਰ ਨਾਲ ਨਾਲ ਇਸ ਤਰ੍ਹਾਂ ਨਜ਼ਰ ਆਉਣ ਲੱਗ ਗਿਆ ਥੋੜ੍ਹੇ ਸਮੇਂ ਬਾਅਦ ਜਿੱਦਾਂ ਬੀਜੇਪੀ ਇਸ ਨੂੰ ਪੋਲੀਟੀਸਾਈਜ਼ ਕਰ ਰਹੀ ਹੈ। ਉਹਨਾਂ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਪਣੀ ਰੈਲੀਆਂ ਦੇ ਵਿੱਚ ਜਿਹੜੇ ਸੀ ਆਰ ਪੀ ਐੱਫ ਦੇ ਸ਼ਹੀਦ ਜਵਾਨ ਸੀ ਉਹਨਾਂ ਦੀਆਂ ਤਸਵੀਰਾਂ ਲਾਉਣੀਆਂ ਸ਼ੁਰੂ ਕਰਤੀਆਂ। ਬੀਜੇਪੀ ਨੇ ਆਪਣੇ ਸੋਸ਼ਲ ਮੀਡੀਆ ਪੇਜਸ ਦੇ ਉੱਤੇ ਪ੍ਰੋਪੇਗੈਂਡਾ ਸ਼ੁਰੂ ਕਰਤਾ। ਬਹੁਤ ਸਾਰੇ ਬੀਜੇਪੀ ਦੇ ਆਗੂਆਂ ਨੇ ਸ਼ਹਿਰਾਂ ਵਿੱਚ ਫਲੈਕਸ ਬੋਰਡ ਲਾ ਕੇ ਇਸ ਤਰ੍ਹਾਂ ਜਿੱਦਾਂ ਕਿ ਇਹ ਸਾਰਾ ਸ਼ਹੀਦ ਜਵਾਨ ਨਹੀਂ ਬਲਕਿ ਬੀਜੇਪੀ ਜਿਹੜੀ ਆ ਉਹ ਸਾਰਾ ਕੁਝ ਕਰ ਰਹੀ ਔਰ ਉਸਦਾ ਇੱਕ ਕੱਲ੍ਹ ਤੋਂ ਪਰਸੋਂ ਤੋਂ ਇੱਕ ਹਾਲਾਤ ਬਦਲੇ ਕਿ ਸਾਡਾ ਜਿਹੜਾ ਮਿਗ 21 ਦਾ ਪਾਇਲਟ ਸੀਗਾ ਉਹ ਪਾਕਿਸਤਾਨ ਦੀ ਹਿਰਾਸਤ ਚਲੇ ਗਿਆ ਔਰ ਉੱਥੇ ਜਾਣ ਦੇ ਨਾਲ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੇ ਲੋਕ ਯੂਫੋਰੀਆ ਕ੍ਰੀਏਟ ਕਰ ਰਹੇ ਸੀਗੇ ਜਿਹੜਾ ਇੱਕ ਜਿਹੜਾ ਬਹੁਤ ਵੱਡਾ ਮਾਹੌਲ ਕਿ ਬਹੁਤ ਵੱਡੀ ਪ੍ਰਾਪਤੀ ਹੋ ਗਈ ਆ ਉਹਨਾਂ ਲਈ ਇੱਕਦਮ ਇਹ ਟਰਨ ਅਰਾਊਂਡ ਹੋਇਆ ਔਰ ਉਹਦੇ ਪਰਿਵਾਰ ਵਾਸਤੇ ਮੈਂ ਸਮਝਦਾ ਕਿ ਬਹੁਤ ਦੁੱਖਦਾਈ ਗੱਲ ਔਰ ਇਸ ਦੇ ਦੌਰਾਨ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਇੱਕ ਵੀਡੀਓ ਆਈ ਹੈ ਜਿਸ ਵਿੱਚ ਉਹਨੇ ਰਿਪੀਟਿਡਲੀ ਕਹਿ ਰਿਹਾ ਕਿ ਅਸੀਂ ਅਮਨ ਅਤੇ ਸ਼ਾਂਤੀ ਦੇ ਹੱਲ ਕੱਢਣ ਲਈ ਤਿਆਰ ਹਾਂ ਔਰ ਉਸਨੇ ਪਹਿਲਾਂ ਵੀ ਕਿਹਾ ਅਤੇ ਇਮਰਾਨ ਖਾਨ ਦਾ ਦੁਬਾਰਾ ਵੀ ਸਟੇਟਮੈਂਟ ਆਉਂਦੀ ਹੈ ਕਿ ਭਾਰਤ ਦੀ ਸਰਕਾਰ ਨੂੰ ਜਿਹੜੇ ਵੀ
ਪੁਲਵਾਮਾ ਅਟੈਕ ਦੇ ਜੋ ਵੀ ਤੱਥ ਨੇ ਜੋ ਉਹਨਾਂ ਦੇ ਕੋਲ ਰਿਕਾਰਡ ਆ ਉਹ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਰੱਖ ਦੇਣ, ਉਹ ਉਸ ਦੀ ਜਾਂਚ ਕਰਾਉਣ ਵਾਸਤੇ ਤਿਆਰ ਹੈ। ਸੋ ਮੈਂ ਸਮਝਦਾ ਹਾਂ ਕਿ ਕਿਸੇ ਵੀ ਮਸਲੇ ਦਾ ਲੜਾਈ ਕੋਈ ਹੱਲ ਨਹੀਂ। ਵਰਲਡ ਵਾਰ ਵਨ, ਵਰਲਡ ਵਾਰ ਟੂ ਵਿੱਚ 8-9 ਕਰੋੜ ਲੋਕ ਮਾਰੇ ਗਏ ਸੀਗੇ ਔਰ ਉਹਦੇ 'ਚੋਂ ਨਿਕਲਿਆ ਕੁਛ ਨਹੀਂ ਗਾ। ਅੱਜ ਵੀ ਪਾਕਿਸਤਾਨ ਅਤੇ ਇੰਡੀਆ ਦੋਨੋਂ ਨਿਊਕਲੀਅਰ ਸਟੇਟਸ ਨੇ। ਅਗਰ ਯੁੱਧ ਲੱਗਦੀ ਆ ਤਾਂ ਦੇਸ਼ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ, ਜਾਨੀ ਮਾਲੀ, ਔਰ ਪੰਜਾਬ ਬੈਟਲ ਗਰਾਊਂਡ ਹੋਵੇਗਾ। ਇਸ ਲਈ ਬਹੁਤ ਸਾਰੇ ਸਿਆਣੇ ਲੋਕਾਂ ਨੇ, ਬਹੁਤ ਸਾਰੇ ਵਿਦਵਾਨ ਲੋਕਾਂ ਨੇ ਗੱਲ ਸ਼ੁਰੂ ਕੀਤੀ ਆ ਕਿ ਪੀਸ ਟਾਕਸ ਅਤੇ ਸ਼ਾਂਤੀ ਅਤੇ ਡਾਇਲੋਗ ਜਿਹੜਾ ਉਹ ਸ਼ੁਰੂ ਕੀਤਾ ਜਾਣਾ ਚਾਹੀਦਾ। ਸਾਨੂੰ ਪੂਰਨ ਆਸ ਹੈ ਕਿ ਸਾਡੀ ਦੇਸ਼ ਦੀ ਲੀਡਰਸ਼ਿਪ ਇਸ ਨੂੰ ਹੋਰ ਪੋਲੀਟੀਸਾਈਜ਼ ਨਹੀਂ ਕਰੇਗੀ ਔਰ ਸ਼ਾਂਤੀ ਦਾ ਮਾਹੌਲ ਪੈਦਾ ਕਰਨ ਵਾਸਤੇ ਗੱਲਬਾਤ ਦੀ ਗੱਲ ਜਿਹੜੀ ਅੱਗੇ ਵਧਾਉਣੀ ਚਾਹੀਦੀ ਆ। ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਵਾਂ ਕਿ ਮੀਡੀਆ ਨੂੰ ਵੀ ਕੌਸ਼ਨ ਅਤੇ ਰਿਸਟ੍ਰੇਂਟ ਵਰਤਣਾ ਚਾਹੀਦਾ ਵਾ। ਦੋਨੋਂ ਦੇਸ਼ਾਂ ਦੇ ਵਿੱਚ ਮੀਡੀਆ ਇਸ ਤਰ੍ਹਾਂ ਦਾ ਵਾਰ ਹਿਸਟੇਰੀਆ ਕ੍ਰੀਏਟ ਕਰ ਰਿਹਾ ਵਾ ਜਿਹਦਾ ਕਿ ਨੁਕਸਾਨ ਆਮ ਜਨਤਾ ਅਤੇ ਆਮ ਲੋਕਾਂ ਨੂੰ ਅਤੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਕਿ ਮੁੱਢਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਤੋਂ ਅੱਜ ਵੀ 70-71 ਸਾਲ ਦੀ ਆਜ਼ਾਦੀ ਤੋਂ ਬਾਅਦ ਵਾਂਝੇ। ਬੀਤੇ ਦਿਨੀ ਲੁਧਿਆਣਾ ਦੀ ਅਦਾਲਤ ਵੱਲੋਂ ਸਿਟੀ ਸੈਂਟਰ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਨੂੰ ਚੈਲੰਜ ਕਰਨ ਸੰਬੰਧੀ ਯਾਚਿਕਾ ਰੱਦ ਹੋਣ ਤੇ ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਆਖਿਰ ਵਿੱਚ ਕੈਪਟਨ ਦੇ ਹੱਕ ਵਿੱਚ ਕੇਸ ਨੂੰ ਮੋੜ ਦਿੱਤਾ ਸੀ। ਵਿਜੀਲੈਂਸ ਦੇ ਜ਼ਰੀਏ ਲੁਧਿਆਣਾ ਦੇ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰੱਸਟ ਦੇ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਤਿਆਰ ਕਰ ਦਿੱਤੀ ਸੀ। ਹਾਂ, ਅਸੀਂ ਦੇਖਿਆ ਅੱਜ ਕਿ ਉਹਨਾਂ ਨੇ ਕੋਰਟ ਨੇ ਕਿਹਾ ਕਿ ਇਹਨਾਂ ਦਾ ਲੁੱਕ ਸਟੈਂਡ ਹੀ ਨਹੀਂ ਹੈ ਕੋਈ। ਉਸ ਤੋਂ ਪਹਿਲਾਂ ਬੈਂਸ ਬ੍ਰਦਰਸ ਨੇ ਵੀ ਮੁਦਾਖਲਤ ਕੀਤੀ ਸੀਗੀ ਕਿਉਂਕਿ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਸੀਗਾ ਸ਼ਾਇਦ ਮਿਸਟਰ KS ਸੰਧੂ ਸੀਗੇ, ਉਹਨਾਂ ਨੇ ਵੀ ਕਿਹਾ ਸੀਗਾ ਕਿ ਇਹ ਸਾਰੇ ਤੱਥ ਜਿਹੜੇ ਨੇ ਮਰੋੜ ਤਰੋੜ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸੇਫ ਪੈਸੇਜ ਦਿੱਤਾ ਜਾ ਰਿਹਾ। ਅਸਲ ਇਹਦੀ ਬੁਨਿਆਦ ਤੱਕ ਬਾਦਲ ਦਾ ਪਰਿਵਾਰ ਰੱਖ ਗਿਆ ਸੀਗਾ ਜਦੋਂ ਰਾਜ ਭਾਗ ਖਤਮ ਹੋਣ ਤੋਂ ਪਹਿਲਾਂ ਬਾਦਲ ਦੀ ਗਵਰਨਮੈਂਟ ਨੇ ਵਿਜੀਲੈਂਸ ਦੇ ਥਰੂ ਕੈਂਸਲੇਸ਼ਨ ਰਿਪੋਰਟਸ ਫਾਈਲ ਕਰਤੀਆਂ ਸੀ ਲੁਧਿਆਣਾ ਸਿਟੀ ਸੈਂਟਰ ਔਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਕਰਪਸ਼ਨ ਦੇ ਘੁਟਾਲਿਆਂ ਵਿੱਚ। ਇਸ ਲਈ ਅਦਾਲਤ ਨੇ ਜਿਹੜਾ ਇਹ ਅਰਜ਼ੀਆਂ ਰੱਦ ਕੀਤੀਆਂ ਨੇ, ਮਿਸਟਰ ਬੈਂਸ ਦੀ ਵੀ ਕੀਤੀ ਆ ਸਿਮਰਜੀਤ ਦੀ, ਆਈ ਥਿੰਕ ਦੇ ਸ਼ੁਡ ਮੂਵ ਹਾਇਰ ਫੋਰਮਸ, ਹਾਈ ਕੋਰਟ ਐਂਡ ਸੁਪਰੀਮ ਕੋਰਟ, ਤਾਂ ਕਿ ਇਹ ਮਾਮਲਾ ਐਕਚੁਅਲੀ ਖਤਮ ਨਹੀਂ ਹੋਣਾ ਚਾਹੀਦਾ। ਸ਼ਾਇਦ ਮੇਰਾ ਖਿਆਲ ਆ ਕਿ 10,000 ਸਫ਼ੇ ਦੀ ਚਾਰਜ ਸ਼ੀਟ ਆ, ਮੇਰਾ ਖਿਆਲ ਆ ਕਈ ਟਰੰਕ ਗੱਡੀਆਂ ਭਰ ਕੇ ਲੁਧਿਆਣਾ ਸਿਟੀ ਸੈਂਟਰ ਦਾ ਕੇਸ ਬਿਲਡ ਕੀਤਾ ਗਿਆ ਸਿਰਫ ਇਸ ਕਰਕੇ ਕਿਉਂਕਿ ਚੀਫ ਮਿਨਿਸਟਰ ਹੈ ਅਮਰਿੰਦਰ ਸਿੰਘ ਜੀ, ਉਹ ਆਪਣੇ ਕੇਸ ਨੂੰ ਢਹਿ ਢੇਰੀ ਕਰਨ ਵਿੱਚ ਲੱਗੇ ਹੋਏ। ਅਕਾਲੀ ਦਲ ਵੱਲੋਂ ਪੁਲਵਾਮਾ ਹਮਲੇ ਨੂੰ ਲੈ ਕੇ ਸਿੱਧੂ ਦੇ ਬਿਆਨ ਦੇ ਚਲਦੇ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਸੰਦਰਭ 'ਚ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਉਹਨਾਂ ਦੇ ਸ਼ਾਸਨ ਕਾਲ 'ਚ ਹੋਏ ਧਾਰਮਿਕ ਗ੍ਰੰਥਾਂ ਤੋਂ ਬਾਅਦ ਦੀਆਂ ਗੱਲਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ। ਦੇਖੋ, ਅਕਾਲੀ ਜਿਹੜੇ ਨੇ ਉਹ ਤਾਂ ਮੌਕਾ ਲੱਭਦੇ ਨੇ ਭੰਡੀ ਪ੍ਰਚਾਰ ਕਰਨ ਦਾ, ਉਹ ਆਪਣੀਆਂ ਗੱਲਾਂ ਭੁੱਲ ਜਾਂਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲਿਆਂ ਦੀ ਹਿਫਾਜ਼ਤ ਕੀਤੀ, ਬਹਿਬਲ ਕਲਾਂ ਦੇ ਵਿੱਚ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਵਾਲਿਆਂ ਦੀ ਹਿਫਾਜ਼ਤ ਕੀਤੀ ਔਰ ਉਹ ਸਿਰਫ ਇਸ਼ੂ ਲੱਭ ਕੇ ਅਤੇ ਭੰਡੀ ਪ੍ਰਚਾਰ ਕਰਨਾ ਜਾਣਦੇ। ਉਹਨਾਂ ਦੀ ਉਹ ਨਿੱਜੀ ਰੰਜਿਸ਼ ਆ ਨਵਜੋਤ ਸਿੰਘ ਸਿੱਧੂ ਨਾਲ, ਉਸ ਨੂੰ ਇੱਕ ਨੈਸ਼ਨਲ ਰੰਗ ਦੇਣ ਦਾ ਜਾਂ ਸ਼ਹੀਦਾਂ ਦੇ ਉੱਤੇ ਪੋਲੀਟਿਕਸ ਕਰਨ ਦਾ ਜਿਹੜਾ ਕੋਈ ਅਧਿਕਾਰ ਅਕਾਲੀ ਅਖੌਤੀ ਅਕਾਲੀਆਂ ਨੂੰ ਨਹੀਂ ਹੋਣਾ ਚਾਹੀਦਾ। ਜਦਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਨਰਲ JJ ਸਿੰਘ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਲੈ ਕੇ ਉਹਨਾਂ ਕਿਹਾ ਕਿ ਹਰ ਪਾਰਟੀ ਨੂੰ ਆਪਣੇ ਉਮੀਦਵਾਰ ਘੋਸ਼ਿਤ ਕਰਨ ਦੀ ਆਜ਼ਾਦੀ ਹੈ, ਪਰ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਰਹਿੰਦਿਆਂ ਹੋਇਆਂ ਸ਼੍ਰੀ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਅਕਾਲੀ ਦਲ ਟਕਸਾਲੀ ਅਤੇ ਬਹੁਜਨ ਸਮਾਜ ਪਾਰਟੀ ਵਿੱਚ ਟਕਰਾਵ ਹੋ ਗਿਆ ਸੀ। ਉਹਨਾਂ ਅਕਾਲੀ ਦਲ ਟਕਸਾਲੀ ਨੂੰ ਅਨੰਦਪੁਰ ਸਾਹਿਬ ਲਈ ਘੋਸ਼ਿਤ ਕੀਤੇ ਆਪਣੇ ਉਮੀਦਵਾਰ ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਦੇਖੋ, ਟਕਸਾਲੀ ਅਕਾਲੀ ਦਲ ਜਾਂ ਕਿਸੇ ਪਾਰਟੀ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਨੂੰ ਵੀ ਆਪਣਾ ਉਮੀਦਵਾਰ ਐਲਾਨ ਕਰ ਸਕਦੇ, ਪਰ ਅਫਸੋਸ ਦੀ ਗੱਲ ਇਹ ਆ ਕਿ ਜਦੋਂ ਪੰਜਾਬ ਜਮਹੂਰੀ ਗੱਠਜੋੜ, ਪੰਜਾਬ ਡੈਮੋਕਰੇਟਿਕ ਅਲਾਇੰਸ ਇਹ ਸੀਟ ਐਡਜਸਟਮੈਂਟ ਨੂੰ ਲੈ ਕੇ ਗੱਲਬਾਤ ਕਰ ਰਿਹਾ ਸੀ, ਜਿਹਦੇ ਵਿੱਚ ਕਿ ਟਕਸਾਲੀ ਅਕਾਲੀ ਦਲ ਵੀ ਸਾਡੇ ਨਾਲ 2-3 ਰਾਊਂਡਸ ਵਿੱਚ ਸ਼ਾਮਿਲ ਸੀਗੇ, ਅਚਾਨਕ ਉਹਨਾਂ ਨੇ ਇੱਕ ਤਰਫਾ ਅਨੰਦਪੁਰ ਸਾਹਿਬ ਦੀ ਸੀਟ ਦਾ ਐਲਾਨ ਕਰਤਾ ਜਿਹੜਾ ਕਿ ਬਹੁਜਨ ਸਮਾਜ ਪਾਰਟੀ ਔਰ ਟਕਸਾਲੀਆਂ ਦੇ ਵਿੱਚ ਟਸਲ ਸੀ। ਅਸੀਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਸਮਝਾਉਣ ਦੀ ਕਿ ਤੁਸੀਂ ਇੱਕ ਤਰਫਾ ਐਲਾਨ ਮਤ ਕਰੋ, ਆਪਾਂ ਕੋਈ ਨਾ ਕੋਈ ਇਸ ਦੀ ਐਡਜਸਟਮੈਂਟ, ਕੋਈ ਨਾ ਕੋਈ ਰਾਹ ਲੱਭਾਂਗੇ। ਲੇਕਿਨ ਉਹਨਾਂ ਨੇ ਇੱਕ ਪਹਿਲਾਂ ਅਨੰਦਪੁਰ ਐਲਾਨ ਕੀਤੀ ਅਤੇ ਹੁਣ ਕੱਲ੍ਹ ਉਹਨਾਂ ਨੇ ਖਡੂਰ ਸਾਹਿਬ ਦੀ ਸੀਟ ਦਾ ਵੀ ਇੱਕ ਤਰਫਾ ਐਲਾਨ ਕਰਤਾ। ਇਸ ਲਈ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ, ਅਸੀਂ 9 ਸੀਟਸ ਜਿਹੜੀਆਂ ਕਿ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਓਰਿਜਨਲ ਪਾਰਟਨਰਸ ਨੇ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ ਪਾਰਟੀ, ਡਾਕਟਰ ਗਾਂਧੀ ਦਾ ਪੰਜਾਬ ਮੰਚ ਅਤੇ ਪੰਜਾਬ ਏਕਤਾ ਪਾਰਟੀ, ਅਸੀਂ 9 ਸੀਟਸ ਪਾਰਟੀਆਂ ਨੂੰ ਵੰਡ ਦਿੱਤੀਆਂ ਨੇ। 4 ਸੀਟਸ ਜਿਹੜੀਆਂ ਕਿ ਫਿਰੋਜ਼ਪੁਰ, ਸੰਗਰੂਰ, ਗੁਰਦਾਸਪੁਰ ਔਰ ਖਡੂਰ ਸਾਹਿਬ ਅਸੀਂ ਹਲੇ ਵੀ ਛੱਡੀਆਂ ਨੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਟਕਸਾਲੀ ਵੀ ਆਪਣੀ ਇਸ ਗੱਲ ਨੂੰ ਰੀਕਨਸਿਡਰ ਕਰਨ।
ਬਿਊਰੋ ਰਿਪੋਰਟ ਲੁਧਿਆਣਾ ਵਿਊ।